ਤੇ ਕੀਤੀ ਜਿਉਂਦਿਆਂ ਖਿਦਮਤ ਨਾ ਮਾਪਿਆਂ ਦੀ ਮੋਹਾਂ ਢੋਂਗ ਰਚਾਵਣ ਦਾ ਕੀ ਫਾਇਦਾ ਪਹਿਲੇ ਕੋਲ ਬਹਿ ਕੇ ਦੁਖੜਾ ਫੋਲਿਆ ਨਹੀਂ ਉਹ ਪਿੱਛੋਂ ਰੋਣ ਕੁਰਲਾਵਣ ਦਾ ਕੀ ਫਾਇਦਾ ਸਾਹ ਹੁੰਦਿਆਂ ਭੁੱਖ ਨਾ ਪਿਆਸ ਪੁੱਛੀ ਵਾਧੂ ਦੇਗਾਂ ਚੜਾਵਣ ਦਾ ਕੀ ਫਾਇਦਾ ਸਫਦਰ ਜਿੰਦੇ ਮਾਪੇ ਨਾ ਗਏ ਰਾਜ਼ੀ ਉਹਨੂੰ ਮੱਕੇ ਵੱਲ ਜਾਵਣ ਦਾ ਕੀ ਫਾਇਦਾ ਤੇ ਚਲੋ ਚਲੀ ਦੇ ਮੇਲੇ ਵਿੱਚ ਲੋਕੀ ਆਂਦੇ ਜਾਂਦੇ ਨੇ ਮੋਇਆਂ ਨੂੰ ਖੁਸ਼ ਕਰਨ ਲਈ ਭਰ ਭਰ ਮਿੱਟੀਆਂ ਪਾਉਂਦੇ ਨੇ ਜਿਉਂਦਿਆਂ ਸਾੜਨ ਤਨ ਦਾ ਲਹੂ ਤੇ ਮਗਰੋਂ ਦੀਵੇ ਜਲਾਉਂਦੇ ਨੇ ਉਹ ਬੰਦਾ ਮਰਿਆ ਭੁੱਖ ਦੇ ਨਾਲ ਤੇ ਅਜਰ ਲਈ ਦੇਗਾਂ ਪਕਾਉਂਦੇ ਨੇ।